ਅਜੀਤ ਤਾਰਨ ਤਾਰਨ ਸ਼੍ਰੀ ਦਰਬਾਰ ਸਹਿਬ ਸਰਾ ਤੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 363ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਸ਼੍ਰੀ ਦਰਬਾਰ ਸਹਿਬ ਸਰਾ ਤੋਂ ਆਰੰਭ ਹੋਇਆ ਜੋ ਕਿ ਪੜਾਦਰ ਪੜਾ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ। ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਅੱਗੇ ਨਤਮਸਤਕ ਹੋਈਆਂ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਸ ਮਹਾਨ ਬ੍ਰਹਮ ਗਿਆਨੀ ਸੂਰਬੀਰ ਜੋਧੇ ਤਤ ਬੇਤੇ ਜਿਨ੍ਹਾਂ ਨੂੰ ਇਸੇ ਪ੍ਰਕਾਰ ਜ ਬੜੀਆਂ-ਬੜੀਆਂ ਖੁਸ਼ੀਆਂ ਜਿਹੜੀਆਂ ਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਦਿੱਤੀਆਂ ਮਹਾਨ ਸੂਰਮਾ ਬਾਬਾ ਜੀਵਨ ਸਿੰਘ ਤਿੰਨਾਂ ਦਾ 363ਵਾਂ ਜਨਮ ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਬਾਬਾ ਜੀਵਨ ਸਿੰਘ ਧਰਮ ਮਿਸ਼ਨ ਕਮੇਟੀ ਦੇ ਵੱਲੋਂ ਸੋਸਾਇਟੀ ਦੇ ਵੱਲੋਂ ਇਹ ਨੱਗਾ ਜਿਹੜਾ ਹਰ ਸਾਲ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਇਸ ਸਾਲ ਵੀ ਉਹਨਾਂ ਨੇ ਨਗਰ ਕੀਰਤਨ ਦੀ ਤਿਆਰੀ ਕੀਤੀ ਗਈ ਹੈ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਤੋਂ ਇਸੇ ਤਰ੍ਹਾਂ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਅਗਵਾਈ ਦੇ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਦੇ ਹੇਠ ਇਹ ਨਗਰ ਕੀਰਤਨ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਤੋਂ ਪ੍ਰਾਰੰਭ ਹੋ ਰਿਹਾ ਹੈ ਇਥੋਂ ਪੜਾਅ ਦਰ ਪੜਾਅ ਚੱਲਦਾ ਹੋਇਆ ਇਸ ਨਗਰ ਕੀਰਤਨ ਦੀ ਸਮਾਪਤੀ ਜਿਹੜੀ ਹੈ ਉਹ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਵੇਗੀ ਅਤੇ ਇਹ ਨਗਰ ਕੀਰਤਨ ਦੇ ਵਿੱਚ ਬਿਆਨਤ ਸੰਗਤਾਂ ਜਿਹੜੀਆਂ ਨੇ ਹਾਜ਼ਰੀਆਂ ਭਰ ਰਹੀਆਂ ਨੇ ਸਮੁੱਚੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਵੱਲੋਂ ਨਗਰ ਕੀਰਤਨ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਤੇ ਸਮੁੱਚੇ ਹੀ ਪ੍ਰਬੰਧ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਨਗਰ ਕੀਰਤਨ ਪਿੰਡ ਸੁਰਸਿੰਘ ਦੀ ਸਾਰੀ ਸੰਗਤ ਵੱਲੋਂ ਤੇ ਇਲਾਕੇ ਦੀ ਸੰਗਤ ਵੱਲੋਂ ਸ਼ੁਰੂ ਕਰਕੇ ਤਰਨਤਨ ਸਾਹਿਬ ਤੋਂ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇੱਥੋਂ ਤੁਰ ਕੇ ਬਾਬਾ ਜੀਵਨ ਸਿੰਘ ਜੀ ਦਾ 363ਵਾਂ ਜਨਮ ਦਿਹਾੜਾ ਮਨਾਉਣ ਵਾਸਤੇ ਤਰਨਤਨ ਸਾਹਿਬ ਤੋਂ ਸultanpur Lodhi ਗੁਰੂ ਗੋਦਾ ਬਾਬਾ ਬੇਰ ਸਾਹਿਬ ਦੇ ਜਾ ਕੇ ਇਸ ਮੌਪਤੀ ਕਰਨੀ ਆ ਇਲਾਕੇ ਦੇ ਵਿੱਚ ਸਾਰੇ ਪਿੰਡਾਂ ਚੋਂ ਲੰਘਦੇ ਗੁਰੂ ਦਾ ਜਸ ਗਾਣ ਕਰਦੇ ਕੋਸ਼ਿਸ਼ ਇਹ ਵੀ ਕੀਤੀ ਜਾਂਦੀ ਨਾਲ-ਨਾਲ ਵੀ ਉਹਦੀ ਹਿਸਟਰੀ ਨੂੰ ਵੀ ਨਾਲ-ਨਾਲ ਥੋੜਾ ਥੋੜਾ ਪ੍ਰਚਾਰਿਆ ਜਾਵੇ ਦਰਾਇਆ ਜਾਵੇ ਇਹ ਸਾਰਾ ਕੁਝ ਲਾਊਡ ਸਪੀਕਰ ਆਈ ਕਰਦੇ ਕਰਾਉਂਦੇ ਗੁਰੂ ਦਾ ਜਸ ਕਰਦੇ ਗੋਂਦਵਾਲ ਸਾਹਿਬ ਤੋਂ ਸੁਲਤਾਨਪੁਰ ਲੋਧੀ ਬਾਬਾ ਬੇਰ ਸਾਹਿਬ ਦੇ ਗੁਰਦਰਾ ਸਾਹਿਬ ਜਾ ਕੇ ਇਹਨੇ ਸਮਾਪਤ ਹੋਣਾ ਇਹ चाहिँ ਹਰ ਪ੍ਰਕਾਰ ਦੇ ਪਾਲਕੀ ਸਾਹਿਬ ਦੇ ਜੋ ਵੀ ਲੋੜੀਦੇ ਪ੍ਰਬੰਧ ਹੁੰਦੇ ਹਨ ਨਗਰ ਕੀਰਤਨ ਦੇ ਉਹ ਸਾਰੇ ਤਰਨਤਾਰਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਮੈਂਜਰ ਸਾਹਿਬ ਦੇ ਸਹਿਯੋਗ ਨਾਲ ਸਟਾਫ ਦੇ ਸਹਿਯੋਗ ਨਾਲ ਸੰਗ ਤੇ ਤਨ ਪ੍ਰਚਾਰ ਕਮੇਟੀ ਦੇ ਸਾਬਿਰ ਸਾਹਣੀ ਦੇ ਬਿٹے ਮੈਂਬਰ ਸਾਹਿਬ ਬੈਠੇ ਨੇ ਇਹਨਾਂ ਦੇ ਸਹਿਯੋਗ ਨਾਲ ਮੈਂਬਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਪੂਰੇ ਪੂਰੇ ਪ੍ਰਬੰਧ ਜੋ ਲੜਿੰਦੇ ਸੀ ਜੋ ਨਗਰ ਕੀਰਤਨ ਚ ਲੜਿੰਦੀ ਹੁੰਦੀ ਉਹ ਪੂਰੇ ਪੂਰੇ ਬੰਧਿਆ ਤਰੀਕੇ ਨਾਲ ਕੀਤੀ ਗਿਆ ਹੈ